ਨਾਂ ਦੇ ਲੋਕਾਂ ਦੀ ਸਫਲਤਾ ਦੀ, ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ। ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ। ਤੀਜੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ। ਚੌਦਾਂ ਕਰ ਲਓ, ਨਹੀਂ ਜਾ ਰਹੇ ਜਦੋਂ ਦੇਖੋ ਤੁਸੀਂ ਇੱਕ ਗੱਲ ਤੋਂ ਤਾਂ ਖੁਸ਼ ਹੋਵੋਗੇ ਨਾ। ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ, 5 ਸਾਲ ਚ 1 ਜਾਂ 2 ਵਾਰੀ ਤੁਹਾਨੂੰ ਮਿਲੇ ਨੇ। ਹੁਣ ਜਿੰਨੇ ਚਿਰ ਤੁਹਾਡੇ ਸਵਾਲ ਨੀ ਖਤਮ ਹੁੰਦੇ ਮੈਂ ਉੱਠਦਾ ਨੀ। ਇਹਦਾ ਮਤਲਬ ਸੱਚੇ ਆ, ਦਿਲ ਤੋਂ ਸੱਚੇ, ਕਿਸੇ ਸਵਾਲ ਤੋਂ ਭੱਜਦੇ ਨੀ। ਅੱਜ ਇੰਨੀਆਂ ਹੈਡਲਾਈਨਾਂ ਬਹੁਤ ਨੇ, ਬਾਕੀ ਕੱਲ ਪਰਸੋਂ ਛਾਪ ਲਿਓ। ਨਾ ਜੀ, ਅਸੀਂ ਆਪਣੇ ਜਿਹੜੇ ਲੋਕ ਸਭਾ ਦੇ 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ, ਉਹਨਾਂ ਬਾਰੇ ਅਸੀਂ ਡਿਸਕਸ ਕੀਤਾ। ਲਗਭਗ 40 ਦੇ ਨਾਂ, ਨੇੜੇ ਤੇੜੇ ਨਾਮ, ਹਰ ਕੰਸਟੀਚੁਐਂਸੀ ਚੋਂ 3-3, ਕਈਆਂ ਚੋਂ 4 ਵੀ ਨੇ, ਕਈਆਂ ਚੋਂ 1 ਵੀ ਹੈ, ਜਿਵੇਂ ਜਲੰਧਰ ਆ ਉਹ ਤਾਂ ਸਿਟਿੰਗ ਹੈ ਸਾਡਾ। ਸੋ ਅਸੀਂ 40 ਕਰੀਬ ਦੇ ਨਾਮ ਅਸੀਂ ਰੱਖੇ ਨੇ। ਉਹ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ, ਹੋਰ ਸਰਵੇ ਲੈਵਲ ਹੋਣਗੇ। ਉਹ ਤੋਂ ਬਾਅਦ ਜੋ ਵੀ ਵਿਨਿੰਗ ਕ੍ਰਾਈਟੇਰੀਆ ਰੱਖਿਆ, ਅਸੀਂ ਪੰਜਾਬ ਨੂੰ ਜਿਤਾਉਣਾ, ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ। ਪੰਜਾਬ ਬਣੂਗਾ ਹੀਰੋ 13-0। ਪੰਜਾਬ ਦੇ ਲੋਕਾਂ ਦੀ ਸਫਲਤਾ ਦੀ, ਤੁਸੀਂ ਫੇਲ ਬੰਦਿਆਂ ਦੇ ਨਾਂ ਲਈ ਜਾਂਦੇ ਹੋ। ਇਹਨਾਂ ਦੇ ਕਹਿਣ ਨਾਲ ਥੋੜੀ ਚੱਲੂਗਾ। ਤੀਜੇ ਦਿਨ ਉੱਥੇ ਜਾ ਵੜਦੇ ਨੇ ਗਵਰਨਰ ਕੋਲੇ। ਚੌਦਾਂ ਕਰ ਲਓ, ਨਹੀਂ ਜਾ ਰਹੇ ਜਦੋਂ ਦੇਖੋ ਤੁਸੀਂ ਇੱਕ ਗੱਲ ਤੋਂ ਤਾਂ ਖੁਸ਼ ਹੋਵੋਗੇ ਨਾ। ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ, 5 ਸਾਲ ਚ 1 ਜਾਂ 2 ਵਾਰੀ ਤੁਹਾਨੂੰ ਮਿਲੇ ਨੇ। ਹੁਣ ਜਿੰਨੇ ਚਿਰ ਤੁਹਾਡੇ ਸਵਾਲ ਨੀ ਖਤਮ ਹੁੰਦੇ ਮੈਂ ਉੱਠਦਾ ਨੀ। ਇਹਦਾ ਮਤਲਬ ਸੱਚੇ ਆ, ਦਿਲ ਤੋਂ ਸੱਚੇ, ਕਿਸੇ ਸਵਾਲ ਤੋਂ ਭੱਜਦੇ ਨੀ। ਅੱਜ ਇੰਨੀਆਂ ਹੈਡਲਾਈਨਾਂ ਬਹੁਤ ਨੇ, ਬਾਕੀ ਕੱਲ ਪਰਸੋਂ ਛਾਪ ਲਿਓ। ਨਾ ਜੀ, ਅਸੀਂ ਆਪਣੇ ਜਿਹੜੇ ਲੋਕ ਸਭਾ ਦੇ 13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ, ਉਹਨਾਂ ਬਾਰੇ ਅਸੀਂ ਡਿਸਕਸ ਕੀਤਾ। ਲਗਭਗ 40 ਦੇ ਨਾਂ, ਨੇੜੇ ਤੇੜੇ ਨਾਮ, ਹਰ ਕੰਸਟੀਚੁਐਂਸੀ ਚੋਂ 3-3, ਕਈਆਂ ਚੋਂ 4 ਵੀ ਨੇ, ਕਈਆਂ ਚੋਂ 1 ਵੀ ਹੈ, ਜਿਵੇਂ ਜਲੰਧਰ ਆ ਉਹ ਤਾਂ ਸਿਟਿੰਗ ਹੈ ਸਾਡਾ। ਸੋ ਅਸੀਂ 40 ਕਰੀਬ ਦੇ ਨਾਮ ਅਸੀਂ ਰੱਖੇ ਨੇ। ਉਹ ਤੋਂ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ, ਹੋਰ ਸਰਵੇ ਲੈਵਲ ਹੋਣਗੇ। ਉਹ ਤੋਂ ਬਾਅਦ ਜੋ ਵੀ ਵਿਨਿੰਗ ਕ੍ਰਾਈਟੇਰੀਆ ਰੱਖਿਆ, ਅਸੀਂ ਪੰਜਾਬ ਨੂੰ ਜਿਤਾਉਣਾ, ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ। ਪੰਜਾਬ ਬਣੂਗਾ ਹੀਰੋ 13-0।